राजा जी आपका करा के मेथड्स ऑफ कैलकुलेटिंग नेशनल इनकम ਇਹ ਨੈਸ਼ਨਲ ਇਨਕਮ ਨੂੰ ਕੈਲਕੂਲੇਟ ਕਰਨ ਦੇ ਆਪਣੇ ਕੋਲੇ ਮੇਨ ਕਿਹੜੇ ਕਿਹੜੇ ਮੈਥਡ ਨੇ ਉਹਦੇ ਜੀ ਆਪਣੇ ਕੋਲ ਤਿੰਨ ਮੈਥਡ ਨੇ ਪਹਿਲਾ ਹੈਗਾ ਜੀ ਆਪਣੇ ਕੋਲੇ ਵੈਲਿਊਏਟਡ ਮੈਥਡ ਜੋ ਦੂਸਰਾ ਆਪਣੇ ਕੋਲੇ ਹੈਗਾ ਜੀ ਉਹ ਇਨਕਮ ਮੈਥਡ ਜੋ ਤੀਸਰਾ ਆਪਣੇ ਕੋਲੇ ਹੈਗਾ ਜੋ ਐਕਸਪੈਂਡੀਚਰ ਮੈਥਡ ਜੋ ਆਪਣੇ ਤਿੰਨੇ ਮੈਥਡ ਨੇ ਉਹ ਆਪਣੇ ਜਿਹੜੇ ਆਪਣੇ ਕੋਲੇ ਆਏ ਨੇ ਉਹ ਆਏ ਨੇ ਜੋ ਆਪਣੇ 3 ਫੇਸਸ ਨੇ ਆਫ ਸਰਕੂਲਰ ਫਲੋ ਆਫ ਮਾਡਲ ਜਿਹਦੇ ਵਿੱਚ ਤਿੰਨ ਫੇਸ ਨੇ ਪਹਿਲਾ ਫੇਸ ਹੈਗਾ ਪ੍ਰੋਡਕਸ਼ਨ ਜੇ ਪ੍ਰੋਡਕਸ਼ਨ ਹੋਊਗੀ ਤਾਂ ਉਹਦੇ ਨਾਲ ਕੀ ਹੈ ਇਕਨੋਮੀ ਦੇ ਵਿੱਚ ਵੈਲਿਊ ਡੀਸ ਤਾਂ ਵੈਲਿਊ ਐਡੀਸ਼ਨ ਤੋਂ ਜੋ ਆਪਣਾ ਪਹਿਲਾ ਮੈਥਡ ਬਣਿਆ ਉਹ ਹੈਗਾ ਜੀ ਵੈਲਿਊ ਐਡ ਮੈਥਡ ਤਾਂ ਦੂਸਰਾ ਕਿ ਜੇ ਇਕਨੋਮੀ ਦੇ ਵਿੱਚ ਵੈਲਿਊ ਐਡੀਸ਼ਨ ਹੋ ਰਹੀ ਆ ਤਾਂ ਕਹਿਣ ਦਾ ਮਤਲਬ ਉਹਦਾ ਇਹ ਹੋਇਆ ਕਿ ਆਪਾਂ ਨੇ ਜਿਹੜੇ ਫੈਕਟਰ ਸਰਵਿਸ ਲਈਆਂ ਨੇ ਜਿਹਦੇ ਬਦਲੇ ਉਹਨਾਂ ਨੂੰ ਆਪਾਂ ਕੀ ਕਰਾਂਗੇ ਫੈਕਟਰ ਪੇਮੈਂਟ ਕਰਾਂਗੇ ਜੋ ਹਾਊਸ ਹੋਲਡ ਸੈਕਟਰ ਆ ਉਹਨਾਂ ਦੀ ਕੀ ਬਣ ਜਾਣੀ ਉਹ ਇਨਕਮ ਬਣ ਜਾਣੀ ਜਿਹਦੇ ਨਾਲ ਇਕਨੋਮੀ ਦੇ ਵਿੱਚ ਕੀ ਆ ਇਨਕਮ ਜਨਰੇਟ ਹੋਊਗੀ ਤਾਂ ਇਸ ਤੋਂ ਜੋ ਆਪਣਾ ਦੂਸਰਾ ਮੈਥਡ ਬਣਿਆ ਉਹ ਬਣਿਆ ਜੀ ਇਨਕਮ ਮੈਥਡ ਜੇ ਲੋਕਾਂ ਕੋਲੇ ਇਨਕਮ ਆਈ ਆ ਤਾਂ ਇਨਕਮ ਦੇ ਥਰੂ ਆਪਣਾ ਕੀ ਆ ਖਰਚ ਕਰਨਗੇ ਐਕਸਪੈਂਡੀਚਰ ਕਰਨਗੇ ਤਾਂ ਉਹਦੇ ਥਰੂ ਜੋ ਆਪਣਾ ਥਰਡ ਮੈਥਡ ਬਣਿਆ ਉਹ ਬਣਿਆ ਜੀ ਐਕਸਪੈਂਡੀਚਰ ਮੈਥਡ ਜੋ ਆਪਣੇ ਅੱਜ ਪਹਿਲਾ ਮੈਥਡ ਕਰਨਾ ਹੈਗਾ ਜੇ ਆਪਣੇ ਕੋਲੇ ਵੈਲਿਊ ਐਡਡ ਮੈਥਡ ਵੀ ਇਕਨੋਮੀ ਦੇ ਵਿੱਚ ਜਿਹਦੀਆਂ ਕਿ ਐਂਟਰਪ੍ਰਾਈਜ਼ ਹੈਗੀਆਂ ਨੇ ਉਹਨਾਂ ਦੁਆਰਾ ਟੋਟਲ ਕਿੰਨੀ ਵੈਲਿਊ ਐਡ ਕੀਤੀ ਗਈ ਆ ਜੋ ਜਿਹਦਾ ਟੋਟਲ ਉਹ ਆਪਣਾ ਕਿਹਦੇ ਬਰਾਬਰ ਆਊਗਾ ਇਕੁਅਲ ਆਊਗਾ ਗਰੋਸ ਡੋਮੈਸਟਿਕ ਪ੍ਰੋਡਕਟ ਹੈ ਤਾਂ ਮਾਰਕੀਟ ਆਪਣਾ ਵੈਲਿਊ ਐਡਡ ਮੈਥਡ ਆ ਇਹਦੇ ਕੁਝ ਕੰਪੋਨੈਂਟ ਨੇ ਜਿਨ੍ਹਾਂ ਦੀ ਹੈਲਪ ਦੇ ਨਾਲ ਆਪਾਂ ਨੈਸ਼ਨਲ ਇਨਕਮ ਕੀ ਕੈਲਕੂਲੇਟ ਕਰਾਂਗੇ ਤਾਂ ਪਹਿਲਾ ਜਿਹੜਾ ਕੰਪੋਨੈਂਟ ਆ ਵੈਲਿਊ ਆਫ ਆਊਟਪੁੱਟ ਜੋ ਵੀ ਆਪਾਂ ਨੇ ਪ੍ਰੋਡਕਸ਼ਨ ਕੀਤੀ ਆ ਉਹਦੀ ਮਾਰਕੀਟ ਦੇ ਅਕੋਰਡਿੰਗ ਕਿੰਨੀ ਵੈਲਿਊ ਆ ਉਹ ਹੋਊਗਾ ਜੀ ਵੈਲਿਊ ਆਫ ਆਊਟਪੁੱਟ ਉਹਦੇ ਵਿੱਚੋਂ ਮੈਨਸ ਕਰਦੇ ਆ ਆਪਾਂ ਇੰਟਰਮੀਡੀਏਟ ਕੰਜ਼ੰਪਸ਼ਨ ਜੋ ਵੀ ਆਪਣਾ ਰੋ ਮਟੀਰੀਅਲ ਖਰੀਦਣ ਦੇ ਉੱਪਰ ਆਪਾਂ ਨੇ ਐਕਸਪੈਂਡੀਚਰ ਕੀਤੇ ਨੇ ਤੇ ਪਲੱਸ ਚੇਂਜ ਇਨ ਸਟਾਕ ਜਦੋਂ ਆਪਾਂ ਇਹ ਫਾਰਮੂਲਾ ਅਪਲਾਈ ਕਰਦੇ ਆ ਤਾਂ ਇਹਦੇ ਥਰੂ ਜੋ ਆਪਣੇ ਕੋਲ ਵੈਲਿਊ ਕੈਲਕੂਲੇਟ ਹੋ ਕੇ ਆਉਂਦੀ ਆ ਆਉਂਦੀ ਆ ਜੀਡੀਪੀ ਐਟ ਮਾਰਕੀਟ ਪ੍ਰਾਈਸ ਇਹਨੂੰ ਆਪਾਂ ਹੋਰ ਕੀ ਕਹਿੰਦੇ ਆ ਗਰੋਸ ਵੈਲਿਊ ਐਡਡ ਵੀ ਆਪਾਂ ਇਹਨੂੰ ਕਹਿ ਦਿੰਦੇ ਆ ਤਾਂ ਇਹ ਆਪਣੇ ਕੋਲੇ ਵੈਲਿਊ ਕੈਲਕੂਲੇਟ ਹੋ ਜਾਂਦਾ ਜਦੋਂ ਬਟ ਆਪਾਂ ਨਿਊਮੈਰੀਕਲ ਕਰਦੇ ਆ ਇਸ ਤੋਂ ਇਲਾਵਾ ਕੋਈ ਹੋਰ ਵੀ ਆਪਾਂ ਕੰਪੋਨੈਂਟ ਦੇਖਣ ਨੂੰ ਮਿਲਦੇ ਨੇ ਜਿਹਦੇ ਕਾਰਨ ਜਿਹੜੇ ਆਪਣੇ ਸਟੂਡੈਂਟ ਨੇ ਕਨਫਿਊਜ਼ ਹੋ ਜਾਂਦੇ ਨੇ ਤਾਂ ਉਹ ਅਜਾ ਕੋਈ ਵੀ ਨਾਲ ਅੱਜ ਕੰਪੋਨੈਂਟ ਕਰਾਂਗੇ ਤਾਂ ਪਹਿਲਾਂ ਜੋ ਵੈਲਿਊ ਆਊਟਪੁੱਟ ਆ ਇਹਦੀ ਪਲੇਸ ਤੇ ਆਪਾਂ ਨੂੰ ਕਈ ਵਾਰ ਕੀ ਆ ਸੇਲ ਦਿੱਤੀ ਹੁੰਦੀ ਹੈ ਤੇ ਜੋ ਆਪਣਾ ਇੰਟਰਮੀਡੀਏਟ ਕੰਜ਼ੰਪਸ਼ਨ ਇਹਦੀ ਜਗ੍ਹਾ ਤੇ ਆਪਾਂ ਨੂੰ ਪਰਚੇਜ਼ ਦਿੱਤੀ ਹੋ ਸਕਦੀ ਹੈ ਜੋ ਆਪਣਾ ਚੇਂਜ ਇਨ ਸਟਾਕ ਆ ਉਹ ਆਪਣਾ ਸੇਲ ਹੀ ਰਹੂਗਾ ਜੋ ਚੇਂਜ ਇਨ ਸਟਾਕ ਆ ਉਹ ਆਪਣਾ ਕੈਲਕੂਲੇਟ ਹੁੰਦਾ ਵਾ ਕਲੋਜ਼ਿੰਗ ਸਟਾਕ ਮਾਈਨਸ ਓਪਨਿੰਗ ਸਟਾਕ ਜਦੋਂ ਆਪਾਂ ਇਹ ਫਾਰਮੂਲਾ ਅਪਲਾਈ ਕਰਾਂਗੇ ਤਾਂ ਇਹਦੇ ਥਰੂ ਵੀ ਜਿਹੜੀ ਆਪਣੇ ਕੋਲ ਵੈਲਿਊ ਆਉਣੀ ਆ ਉਹ ਕਿਹੜੀ ਆਉਣੀ ਹੈ ਜੀਡੀਪੀ ਐਟ ਮਾਰਕੀਟ ਪ੍ਰਾਈਸ ਹੀ ਆਉਗੀ ਜਾਂ ਆਪਣੇ ਕੋਲ ਆਉਗੀ ਗ੍ਰੋਸ ਵੈਲਿਊ ਐਡਡ ਐਟ ਮਾਰਕੀਟ ਪ੍ਰਾਈਸ ਤਾਂ ਉਸ ਤੋਂ ਇਲਾਵਾ ਇਹਦੇ ਹੋਰ ਕਿਹੜੇ ਕੰਪੋਨੈਂਟ ਨੇ ਕਈ ਵਾਰ ਆਪਾਂ ਨੂੰ ਡੋਮੈਸਟਿਕ ਸੇਲ ਦਿੱਤੀ ਹੁੰਦੀ ਹੈ ਨਿਊਮੈਰੀਕਲਾਂ ਦੇ ਡੋਮੈਸਟਿਕ ਸੇਲ ਦਾ ਮਤਲਬ ਕੀ ਹੋਇਆ ਵੀ ਜੋ ਆਪਾਂ ਨੇ ਸਿਰਫ ਆਪਣੀ ਇਕਨੋਮੀ ਦੇ ਵਿੱਚ ਹੀ ਸੇਲ ਕੀਤੀ ਆ ਹੁਣ ਜੋ ਵੀ ਆਪਾਂ ਆਪਣੀ ਇਕਨੋਮੀ ਦੇ ਵਿੱਚ ਪ੍ਰੋਡਕਸ਼ਨ ਕਰਦੇ ਹਾਂ ਜ਼ਰੂਰੀ ਤਾਂ ਇਹ ਨਹੀਂ ਜੇ ਆਪਾਂ ਸਿਰਫ ਇੰਡੀਆ ਦੇ ਵਿੱਚ ਹੀ ਸੇਲ ਕਰਾਂਗੇ ਆਪਾਂ ਬਾਹਰਲੀ ਕੰਟਰੀ ਨੂੰ ਵੀ ਕੀ ਕਰਦੇ ਹਾਂ ਐਕਸਪੋਰਟ ਕਰਦੇ ਹਾਂ ਤਾਂ ਡੋਮੈਸਟਿਕ ਸੇਲ ਦੇ ਵਿੱਚ ਆਪਾਂ ਐਕਸਪੋਰਟ ਨੂੰ ਕੀ ਕਰਾਂਗੇ ਪਲੱਸ ਕਰਾਂਗੇ ਤੇ ਉਸ ਤੋਂ ਬਾਅਦ ਜੋ ਆਪਾਂ ਨੂੰ ਇੰਟਰਮੀਡੀਏਟ ਕੰਜ਼ੰਪਸ਼ਨ ਦਿੱਤਾ ਹੋਇਆ ਇਹਦੀ ਪਲੇਸ ਤੇ ਆਪਾਂ ਨੂੰ ਕੀ ਵਾਰ ਨਿਊਮੈਰੀਕਲ ਦੇ ਵਿੱਚ ਦਿੱਤਾ ਹੁੰਦਾ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡ ਜੋ ਆਪਣਾ ਕੀ ਰੋ ਮਟੀਰੀਅਲ ਜੋ ਬਾਰ ਬਾਰ ਯੂਜ਼ ਨਹੀਂ ਹੁੰਦਾ ਹੈਗਾ ਜੋ ਇੱਕ ਵਾਰ ਜਿਹੜੇ ਆਪਾਂ ਨੇ ਮਟੀਰੀਅਲ ਯੂਜ਼ ਕਰ ਲਿਆ ਉਹਨੂੰ ਆਪਾਂ ਰਿਪੀਟ ਨਹੀਂ ਕਰ ਸਕਦੇ ਹੈਗੇ ਤਾਂ ਆਪਾਂ ਕੀ ਕਹਿੰਦੇ ਆ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਕਹਿੰਦੇ ਆ ਜੇ ਆਪਣੇ ਕੋਲੇ ਚੇਂਜ ਇਨ ਸਟਾਕ ਦਿੱਤਾ ਹੋਇਆ ਆਪਾਂ ਨੂੰ ਆਪਾਂ ਪਲੱਸ ਕਰ ਦਾਂਗੇ ਤਾਂ ਵੀ ਜੋ ਆਪਣੇ ਕੋਲ ਵੈਲਿਊ ਕੈਲਕੂਲੇਟ ਹੋ ਕੇ ਆਉਣੀ ਹੈ ਉਹ ਜੀਡੀਪੀ ਐਟ ਮਾਰਕੀਟ ਪ੍ਰਾਈਸ ਦੀ ਕੈਲਕੂਲੇਟ ਹੋਊਗੀ ਇਸ ਤੋਂ ਇਲਾਵਾ ਹੋਰ ਆਪਣੇ ਕੋਲ ਕਿਹੜਾ ਕੰਪੋਨੈਂਟ ਆ ਸਮ ਟਾਈਮ ਨੂੰ ਤੁਹਾਨੂੰ ਨਿਊਮੈਰੀਕਲਾਂ ਦੇ ਵਿੱਚ ਹੋਰ ਵੈਲਿਊ ਦਿੱਤੀ ਹੁੰਦੀ ਆ ਨੰਬਰ ਆਫ ਯੂਨਿਟ ਸੋਲਡ ਵੀ ਆਪਾਂ ਨੇ ਕਿੰਨੇ ਯੂਨਿਟ ਸੇਲ ਕੀਤੇ ਉਹਨੂੰ ਆਪਾਂ ਮਲਟੀਪਲਾਈ ਕਰਾਂਗੇ ਪ੍ਰਾਈਸ ਦੇ ਨਾਲ ਜਦੋਂ ਆਪਾਂ ਨੇ ਜਿੰਨੇ ਵੀ ਨੰਬਰ ਆਫ ਯੂਨਿਟ ਸੇਲ ਕੀਤੇ ਨੇ ਉਹਨੂੰ ਆਪਾਂ ਮਲਟੀਪਲਾਈ ਕਰਾਂਗੇ ਪ੍ਰਾਈਸ ਦੇ ਨਾਲ ਤਾਂ ਆਪਣੇ ਕੋਲ ਕੀ ਆ ਜੂਗੀ ਟੋਟਲ ਸੇਲ ਆ ਜੂਗੀ ਵੀ ਆਪਾਂ ਨੇ ਟੋਟਲ ਕਿੰਨੀ ਸੇਲ ਕੀਤੀ ਆ ਤੇ ਉਹਦੇ ਵਿੱਚ ਆਪਾਂ ਮੈਨਸ ਕਰਾਂਗੇ ਜਾਂ ਆਪਾਂ ਇੰਟਰਮੀਡੀਏਟ ਕੰਜ਼ੰਪਸ਼ਨ ਦਿੱਤਾ ਹੋ ਸਕਦਾ ਜਾਂ ਉਹਦੀ ਜਗ੍ਹਾ ਤੇ ਪਰਚੇਜ਼ ਦਿੱਤਾ ਹੋ ਸਕਦਾ ਜਾਂ ਸਿੰਗਲ ਯੂਜ਼ਰ ਪ੍ਰੋਡਿਊਸਰ ਨੂੰ ਦਿੱਤਾ ਹੋ ਸਕਦਾ ਇਹਦੇ ਵਿੱਚ ਕੋਈ ਵੀ ਵੈਲਿਊ ਆਪਾਂ ਦਿੱਤੀ ਹੋ ਸਕਦੀ ਆ ਉਹ ਆਪਾਂ ਕੀ ਕਰਾਂਗੇ ਮੈਨਸ ਕਰਾਂਗੇ ਪਲੱਸ ਆਪਣਾ ਚੇਂਜ ਇਨ ਸਟਾਕ ਵੈਲਿਊਗਾ ਜੋ ਆਪਣਾ ਇਕੁਅਲ ਹੋਊਗਾ ਕਿਹਦੇ ਦੀ ਜੀਡੀਪੀ ਐਟ ਮਾਰਕੀਟ ਪ੍ਰਾਈਸ ਇਹ ਆਪਣੇ ਮੇਨ ਕੰਪੋਨੈਂਟ ਨੇ ਜੋ ਆਪਾਂ ਨਿਊਮੈਰੀਕਲ ਦੇ ਵਿੱਚ ਦੇਖਣ ਨੂੰ ਮਿਲਦੇ ਨੇ ਪਹਿਲਾ ਕੀ ਹੈ ਜੀ ਵੈਲਿਊ ਫੋਰ ਗੁੱਡ ਮੈਨਸ ਇੰਟਰਮੀਡੀਏਟ ਕੰਜ਼ੰਪਸ਼ਨ ਪਲੱਸ ਚੇਂਜ ਇਨ ਸਟਾਕ ਜੋ ਕਿਹਦੇ ਬਰਾਬਰ ਹੈ ਜੀਡੀਪੀ ਐਟ ਮਾਰਕੀਟ ਪ੍ਰਾਈਸ ਜਦੋਂ ਆਪਾਂ ਗ੍ਰੋਸ ਵੈਲਿਊ ਐਡਡ ਵੀ ਕਹਿ ਦਿੰਦੇ ਹਾਂ ਉਸ ਤੋਂ ਬਾਅਦ ਵੈਲਿਊ ਫੋਰ ਗੁੱਡ ਦੀ ਜਗ੍ਹਾ ਤੇ ਆਪਾਂ ਸਮ ਟਾਈਮ ਕੀ ਦਿੱਤਾ ਹੁੰਦਾ ਸੇਲ
ਤੇ ਮੈਨਸ ਪਰਚੇਜ ਪਲੱਸ ਚੇਂਜ ਇਨ ਸਟਾਕ ਉਹ ਵੀ ਕਿਤੇ ਇਕੁਅਲ ਹੋਊਗਾ ਜੀਡੀਪੀ ਐਟ ਮਾਰਕੀਟ ਵੈਲਿਊ ਜੀ। ਤੇ ਉਸ ਤੋਂ ਬਾਅਦ ਆ ਕੇ ਸਾਮ ਟਾਈਪ ਆਪਣੀ ਡੋਮੈਸਟਿਕ ਸੇਲ ਦਿੱਤੀ ਹੁੰਦੀ ਹੈ। ਡੋਮੈਸਟਿਕ ਸੇਲ ਜੋ ਆਪਣੀ ਕੰਟਰੀ ਦੇ ਵਿੱਚ ਹੀ ਸੇਲ ਹੋਈ ਆ, ਬਟ ਆਪਾਂ ਟੋਟਲ ਸੇਲ ਚਾਹੀਦੀ ਹੈ ਤਾਂ ਉਹਦੇ ਵਿੱਚ ਆਪਾਂ ਪਲੱਸ ਐਕਸਪੋਰਟ ਕਰ ਦਾਂਗੇ। ਤੇ ਮੈਨਸ ਸਿੰਗਲ ਯੂਜ਼ ਪ੍ਰੋਡਿਊਸਰ ਗੁੱਡਸ ਕਿਹੜੀਆਂ ਹੁੰਦੀਆਂ ਜੋ ਵੀ ਆਪਣੇ ਰੋ ਮਟੀਰੀਅਲ ਪਰਚੇਸ ਕੀਤਾ ਜੋ ਉਹ ਆਪਾਂ ਕੀ ਕਰਦੇ ਆ ਮੈਨਸ ਕਰਦੇ ਆ ਤਾਂ ਹੀ ਪਤਾ ਲੱਗੂ ਵੀ ਆਪਣੀ ਕਿੰਨੀ ਵੈਲਿਊ ਐਡ ਹੋ ਗਈ। ਤਾਂ ਉਹਦੀ ਆਪਣੀ ਕਿਹਦੇ ਬਰਾਬਰ ਹੈ ਜੀਡੀਪੀ ਐਟ ਮਾਰਕੀਟ ਪ੍ਰਾਈਸ। ਸਮਟਾਈਮ ਕੀ ਦਿੱਤਾ ਹੋਊਗਾ ਜੀ ਨੰਬਰ ਆਫ ਗਿਵਨ ਸੋਲਡ, ਉਹਨੂੰ ਆਪਾਂ ਜਿੰਨਾ ਵੀ ਪ੍ਰਾਈਸ ਦਿੱਤਾ ਹੋਊਗਾ। ਮੰਨ ਲਓ ਜੀ ਆਪਾਂ ਨੇ 10 ਗੁੱਡ ਸੇਲ ਕੀਤੇ ਨੇ, ਇੱਕ ਦਾ ਪ੍ਰਾਈਸ 10 ਸੀ, ਤਾਂ ਆਪਣੇ ਕੋਲ ਟੋਟਲ ਸੇਲ ਕਿੰਨੀ ਆ ਜੂਗੀ 100 ਆ ਜੂਗੀ। ਜਿਹਦੇ ਵਿੱਚ ਮੈਂ ਸੇ ਕਰਦਾ ਕਿ ਪਰਚੇ ਜੋ ਵੀ ਆਪਣੇ ਰੋ ਮਟੀਰੀਅਲ ਪਰਚੇਸ ਕੀਤਾ ਪਲੱਸ ਚੇਂਜ ਇਨ ਸਟਾਕ, ਉਹ ਇਹਦੇ ਇੱਕ ਰਹੂਗਾ ਜੀਡੀਪੀ ਐਟ ਮਾਰਕੀਟ ਪ੍ਰਾਈਸ। ਤਾਂ ਇਹਦੇ ਥਰੂ ਫਿਰ ਅੱਗੇ ਆਪਾਂ ਨੈਕਸਟ ਜੋ ਨੈਸ਼ਨਲ ਇਨਕਮ ਉਹ ਕੈਲਕੂਲੇਟ ਕਰਦੇ ਹਾਂ। ਜੋ ਨੈਸ਼ਨਲ ਇਨਕਮ ਨੂੰ ਆਪਾਂ ਕੀ ਕਹਿੰਦੇ ਆ ਐਨ ਐਨ ਪੀ ਐਟ ਫੈਕਟਰ ਬਾਉਟ। ਇਹਦੀ ਫੁੱਲ ਫਾਰਮ ਕੀ ਹੈ ਜੀ, ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ। ਬਟ ਆਪਣੇ ਕੋਲ ਵੈਲਿਊ ਕਿਹੜੀ ਕੈਲਕੂਲੇਟ ਹੋ ਕੇ ਆਈ ਆ ਵੈਲਿਊ ਐਡ ਮੈਥਡ ਦੇ ਥਰੂ, ਉਹ ਹੈਗੇ ਜੀ ਜੀਡੀਪੀ ਐਟ ਮਾਰਕੀਟ ਪ੍ਰਾਈਸ। ਆਪਾਂ ਨੇ ਇਹਦੇ ਥਰੂ ਕੀ ਕੈਲਕੂਲੇਟ ਕਰਨਾ ਵਾ ਐਨ ਐਨ ਬੀ ਐਟ ਐਫ ਸੀ। ਤਾਂ ਹੁਣ ਤੁਸੀਂ ਦੇਖਿਆ ਹੋਊਗਾ ਕਿ ਆਪਾਂ ਨੇ ਨੈਟ ਨੈਸ਼ਨਲ ਜਿਹੜਾ ਆਪਣਾ ਫੈਕਟਰ ਕਾਸਟ ਕੈਲਕੂਲੇਟ ਕਰਨੀ ਆ, ਆਪਣੇ ਕੋਲ ਕੈਲਕੂਲੇਟਰ ਕੋ ਕੀ ਆ ਗਿਆ ਜੀਡੀਪੀ ਐਟ ਮਾਰਕੀਟ ਪ੍ਰਾਈਸ ਆ ਗਿਆ। ਤਾਂ ਹੁਣ ਆਪਾਂ ਨੇ ਗ੍ਰੋਸ ਤੋਂ ਨੈਟ ਤੇ ਜਾਣਾ, ਇਸ ਦੇ ਵਿੱਚ ਆਪਾਂ ਕੀ ਕਰਾਂਗੇ ਦੀ ਡੈਪਰੀਸੀਏਸ਼ਨ ਨੂੰ ਮੈਥ ਕਰਾਂਗੇ। ਉਸ ਤੋਂ ਬਾਅਦ ਆਪਾਂ ਨੇ ਡੋਮੈਸਟਿਕ ਤੋਂ ਕਿਤੇ ਜਾਣਾ ਵਾ ਨੈਸ਼ਨਲ ਤੇ ਜਾਣਾ ਵਾ, ਇਹਦੇ ਵਿੱਚ ਆਪਾਂ ਐਡ ਕਰਾਂਗੇ ਨੈਟ ਫੈਕਟਰ ਇਨਕਮ ਫਰੋਮ ਐਵਰੋਨ। ਜੇ ਆਪਾਂ ਨੂੰ ਨੈਟ ਫੈਕਟਰ ਇਨਕਮ ਥਰੂ ਐਵਰੋਨ ਦਿੱਤਾ ਹੋਇਆ ਤਾਂ ਆਪਾਂ ਇਹਦੇ ਵਿੱਚ ਕੀ ਕਰਾਂਗੇ ਮੈਥ ਕਰਾਂਗੇ। ਤਾਂ ਉਸ ਤੋਂ ਬਾਅਦ ਮਾਰਕੀਟ ਪ੍ਰਾਈਸ ਤੇ ਜਦੋਂ ਆਪਾਂ ਨੇ ਫੈਕਟਰ ਕਾਸਟ ਤੇ ਜਾਣਾ ਵਾ ਤਾਂ ਇਹਦੇ ਵਿੱਚ ਆਪਾਂ ਮੈਥ ਕਰਾਂਗੇ ਨੈਟ ਇਨਡਾਇਰੈਕਟ ਟੈਕਸ। ਤਾਂ ਇਹਦੇ ਥਰੂ ਆਪਣੇ ਕੋਲ ਕੀ ਹੈ ਕੈਲਕੂਲੇਟ ਹੋ ਚੁੱਕੀ ਜੀ ਨੈਸ਼ਨਲ ਇਨਕਮ ਜਿਹਨੂੰ ਆਪਾਂ ਐਨਐਨਪੀਐਫਸੀ ਕਹਿੰਦੇ ਹਾਂ। ਦੇਖੋ ਜੀ ਆਪਣੇ ਕੋਲ ਵੈਲਿਊ ਐਡ ਮੈਥਡ ਥਰੂ ਕਿਹੜੀ ਵੈਲਿਊ ਕੈਲਕੂਲੇਟ ਹੋ ਕੇ ਆਉਂਦੀ ਆ ਜੀਡੀਪੀ ਐਡ ਮਾਰਕੀਟ ਪ੍ਰਾਈਸ। ਆਪਾਂ ਨੇ ਇਸ ਤੋਂ ਕੀ ਕੈਲਕੂਲੇਟ ਕਰਨਾ ਵਾ ਐਨਐਨਪੀ ਐਡ ਐਫਸੀ। ਆਪਾਂ ਨੇ ਗ੍ਰੋਸ ਤੋਂ ਪਹਿਲਾਂ ਨੈਟ ਤੇ ਜਾਣਾ, ਉਹਦੇ ਵਿੱਚ ਡੈਪਰੀਸੀਏਸ਼ਨ ਮੈਥਸ ਹੋ ਜੂਗੀ, ਤੇ ਫਿਰ ਆਪਾਂ ਨੇ ਡੋਮੈਸਟਿਕ ਤੋਂ ਨੈਸ਼ਨਲ ਤੇ ਜਾਣਾ ਵਾ ਤਾਂ ਉਹਦੇ ਵਿੱਚ ਨੈਟ ਫੈਕਟਰ ਇਨਕਮ ਫਰੋਮ ਅਬਰੋਡ ਆ ਪਲੱਸ ਕਰਾਂਗੇ। ਜੇ ਨੈਟ ਫੈਕਟਰ ਇਨਕਮ ਟੂ ਅਬਰੋਡ ਦੱਸੀ ਗਈ ਆ ਉਹ ਆਪਾਂ ਮੈਥਸ ਕਰਦੇ ਹਾਂ। ਜੇ ਆਪਾਂ ਨੇ ਮਾਰਕੀਟ ਪ੍ਰਾਈਸ ਤੋਂ ਫੈਕਟਰ ਕਾਸਟ ਤੇ ਜਾਣਾ ਵਾ ਤਾਂ ਨੈਟ ਇਨ ਡਾਇਰੈਕਟ ਟੈਕਸ ਆਪਾਂ ਕੀ ਕਰਾਂਗੇ ਮੈਥਸ ਕਰਾਂਗੇ। ਤੇ ਉਸ ਤੋਂ ਬਾਅਦ ਜੇ ਆਪਾਂ ਨੂਮੈਰੀਕਲ ਦੇ ਵਿੱਚ ਇਹ ਨਹੀਂ ਦਿੱਤਾ ਹੋਇਆ ਨੈਟ ਇਨ ਡਾਇਰੈਕਟ ਟੈਕਸ ਤਾਂ ਉਹਦੇ ਵਿੱਚ ਆਪਾਂ ਕੀ ਕਰਾਂਗੇ ਜੀ ਜੋ ਸਬਸਿਡੀ ਆ ਆਪਣੀ ਉਹਨੂੰ ਆਪਾਂ ਕੀ ਕਰਦੇ ਹਾਂ ਪਲੱਸ ਕਰਾਂਗੇ। ਤੇ ਉਸ ਤੋਂ ਬਾਅਦ ਜੋ ਆਪਣੇ ਕੋਲ ਇਨ ਡਾਇਰੈਕਟ ਟੈਕਸ ਹੋਣਗੇ, ਜੋ ਆਪਣੇ ਇਨ ਡਾਇਰੈਕਟ ਟੈਕਸ ਨੇ ਉਹ ਆਪਾਂ ਕੀ ਕਰਾਂਗੇ ਜੀ ਮੈਥਸ ਕਰਾਂਗੇ। ਕਿਉਂਕਿ ਜੋ ਨੈਟ ਇਨ ਡਾਇਰੈਕਟ ਟੈਕਸ ਆਪਾਂ ਨੂੰ ਦਿੱਤਾ ਹੋਊਗਾ ਨੂਮੈਰੀਕਲ ਦੇ ਵਿੱਚ ਇਹ ਕੈਲਕੂਲੇਟ ਕਿਵੇਂ ਹੋਇਆ ਵਾ ਇਨ ਡਾਇਰੈਕਟ ਟੈਕਸ ਮੈਨਸ ਸਬਸਿਡੀ। ਦੁਬਾਰਾ ਰਿਪੀਟ ਕਰ ਰਹੇ ਹਾਂ ਜੋ ਨੈਟ ਇਨ ਡਾਇਰੈਕਟ ਟੈਕਸ ਕਿਵੇਂ ਕੈਲਕੂਲੇਟ ਹੁੰਦਾ, ਇਨ ਡਾਇਰੈਕਟ ਟੈਕਸ ਦੇ ਵਿੱਚ ਜੋ ਆਪਾਂ ਮੈਨਸ ਕਰ ਦਿੰਦੇ ਹਾਂ ਸਬਸਿਡੀ ਨੂੰ ਤਾਂ ਨੈਟ ਇਨ ਡਾਇਰੈਕਟ ਟੈਕਸ ਕੈਲਕੂਲੇਟ ਹੋ ਜਾਂਦਾ। ਸਮ ਟਾਈਮ ਨੂਮੈਰੀਕਲ ਦੇ ਵਿੱਚ ਉਹ ਦਿੱਤਾ ਹੋਊਗਾ ਡਾਇਰੈਕਟ, ਤਾਂ ਆਪਾਂ ਜਦੋਂ ਮਾਰਕੀਟ ਪ੍ਰਾਈਸ ਦੇ ਫੈਕਟਰ ਕਾਸਟ ਤੇ ਜਾਣਾ ਇਹਨੂੰ ਆਪਾਂ ਮੈਨਸ ਕਰ ਦਿੰਦੇ ਹਾਂ। ਜੇ ਆਪਾਂ ਇਹ ਨੂਮੈਰੀਕਲ ਦੇ ਵਿੱਚ ਨਹੀਂ ਦਿੱਤਾ ਹੋਇਆ ਤਾਂ ਆਪਾਂ ਨੇ ਜਦੋਂ ਮਾਰਕੀਟ ਪ੍ਰਾਈਸ ਦੇ ਫੈਕਟਰ ਕਾਸਟ ਤੇ ਜਾਣਾ ਵਾ ਤਾਂ ਉਹਦੇ ਵਿੱਚ ਆਪਾਂ ਸਬਸਿਡੀ ਪਲੱਸ ਕਰਾਂਗੇ, ਜੋ ਇਨ ਡਾਇਰੈਕਟ ਟੈਕਸ ਆਪਾਂ ਮੈਨਸ ਕਰਾਂਗੇ। ਤਾਂ ਫਾਰਮੂਲਾ ਅਪਲਾਈ ਕਰਨ ਦੇ ਨਾਮ ਜੋ ਆਪਣੇ ਕੋਲੇ ਕੀ ਕੈਲਕੂਲੇਟ ਹੋ ਜਾਊਗਾ ਨੈਟ ਨੈਸ਼ਨਲ ਪ੍ਰੋਡਕਟ ਐਟ ਫੈਕਟਰ ਕਾਸਟ, ਜਿਹਨੂੰ ਆਪਾਂ ਕੀ ਕਹਿੰਦੇ ਹਾਂ ਜੀ ਨੈਸ਼ਨਲ ਇਨਕਮ ਕਹਿੰਦੇ ਹਾਂ। ਤਾਂ ਜੋ ਆਪਾਂ ਉਮੀਦ ਕਰਦੇ ਹਾਂ ਵੀ ਜੋ ਜਿਹੜਾ ਆਪਾਂ ਇਸ ਤਰੀਕੇ ਦੇ ਸਾਰੇ ਸਾਰੇ ਕੰਪੋਨੈਂਟਸ ਨੂੰ ਸਮਝ ਆ ਗਏ ਹੋਣਗੇ, ਤਾਂ ਜਿਹਨਾਂ ਥੋੜ੍ਹਾ ਜਿਹਾ ਨੂਮੈਰੀਕਲ ਹੈ ਇਹ ਤੁਸੀਂ ਇਹ ਮੈਥਡ ਦੇ ਥਰੂ ਕੈਲਕੂਲੇਟ ਕਰ ਸਕਦੇ। ਥੈਂਕ ਯੂ।